ਧਾਗਾ ਟੁੱਟ ਗਿਆ ਯਾਰ। ਕੀ ਕਰਦੀ ਅਮਰੀ ਗਿੱਧਿਆਂ ਦੀ ਰਾਣੀ? ਹਾਂ ਕੁੜਤੀ ਤੇ ਲੇੜਾ ਮਾਰਦੀ ਹੈ। ਕਾਹਨੂੰ ਮਾਰਦਾ ਯਾਰ? ਹਾਂ ਆਹ ਪੌਣੇ ਜੇ ਬਣਾਉਣਾ ਰੋਟੀ ਯਾਰ। ਜੁਰ ਨਾ ਕਿਹਾ ਕਰ, ਜਦੋਂ ਹੁਣ ਆਪਾਂ ਲੈਣ ਚ ਪੈ ਗਏ ਫਿਰ ਉਹੀ ਜੋ ਗੱਲਾਂ ਬਾਤਾਂ ਰੱਖਿਆ ਕਰ। ਉਹ ਮੈਂ ਨਹੀਂ ਪੈਂਦਾ ਪੂੰਦਾ ਉਹ ਗੱਗੀ ਯਾਰੇ ਲੈਣ ਚ। ਕਿਉਂ? ਉਹ ਯਾਰ ਮੈਨੂੰ ਤਾਂ ਤਾਏ ਨੇ ਗਾਲਾਂ ਕੱਢੀਆਂ ਯਾਰ, ਮੇਰੀ ਤਾਂ ਬੇਇੱਜ਼ਤੀ ਬਹੁਤ ਕਰੀ ਆ। ਉਹ ਲੋਕ ਤਾਂ ਪਹਿਲਾਂ ਮੱਚਦੇ ਹੁੰਦੇ ਨੇ ਜਦੋਂ ਆਪਾਂ ਸ਼ੁਰੂਆਤਾਂ ਕਰਦੇ ਆ। ਉਹ ਯਾਰ ਮੈਨੂੰ ਵੀ ਨਹੀਂ ਵਧੀਆ ਲੱਗਦਾ ਯਾਰ ਲੱਕ ਜਾ ਹਿਲਾਉਣਾ। ਇਹ ਲੱਕ ਹਿਲਾਉਣ ਚ ਕੀ ਹੈਗਾ, ਕੁੜੀਆਂ ਵੀ ਤਾਂ ਹਿਲਾਉਂਦੀਆਂ ਨੇ ਜੀ। 1 ਲੱਖ ਦਾ 2000 ਮਿਲਦਾ ਹੈਗਾ, ਉਹ ਵਧੀਆ ਹੈ। ਇਹ ਤਾਂ ਸਸਤੀ ਜੋਬ ਕੀ ਹੈਗੀ। ਉਹ ਤਾਂ ਗੱਲ ਠੀਕ ਆ ਫਿਰ। ਉਹ ਯਾਰ ਆਹ ਮੇਰੀ ਹਾਂ ਤਾਈ ਹੋਰੀਆਂ ਲੱਗ ਗਈਆਂ ਤਰਾਜਾ ਕਰਨ, ਵੀ ਗਾਲਾਂ ਦੇਣ ਲੱਗ ਗਏ। ਕਾਹਤੋਂ? ਕਹਿੰਦੇ ਤੇਰਾ ਭਾਂਡਾ ਸੇਕਾਂਗੇ ਜੇ ਇਹੋ ਜਿਹੇ ਲੱਛਣ ਕਰੇਗਾ। ਲੱਛਣ ਨੂੰ ਤਾਂ ਕਿਹੜਾ, ਤਾਂ ਕੋਈ ਗਲਤ ਕੰਮ ਥੋੜੂ ਹੈਗਾ, ਇਹ ਤਾਂ ਸੱਭਿਆਚਾਰੀ ਸਾਹਮਣੇ ਹੋਇਆ, ਤਾਂ ਅਲੋਪ ਤਾਂ ਹੋ ਰਿਹਾ ਸੱਭਿਆਚਾਰ। ਉਹ ਯਾਰ ਅਲੋਪ ਦੀ ਗੱਲ ਨਹੀਂ, ਕਹਿੰਦੇ ਤੂੰ ਕਹਿੰਦੇ ਹੁਣ ਲੱਕ ਮਾਰਦਾ ਸੋਹਣਾ ਲੱਗਦਾ, ਕਹਿੰਦੇ ਐਡਾ ਵੱਡਾ ਸਰਦਾਰ ਆ ਤੂੰ, ਕਹਿੰਦੇ ਐਵੇਂ ਪੱਗਾਂ ਬੰਨਦਾ, ਕਹਿੰਦੇ ਐ ਥੋੜਾ ਹੁੰਦਾ, ਕਹਿੰਦੇ ਕਹਿੰਦੇ ਕੁੜੀਆਂ ਵਾਲੇ ਕੰਮ ਕਰਦਾ ਤੂੰ। ਹੁਣ ਇਹਨਾਂ ਦੀ ਯਾਰ ਸੋਚ ਆ ਚੱਲ ਜਿਹੀ ਜੀ, ਉਹ ਤਾਂ ਫਿਰ ਐਂ ਥੋੜੂ ਹੁੰਦਾ ਹੈਗਾ। ਇਹ ਤਾਂ ਕੰਮ ਯਾਰ ਕੋਈ ਛੋਟਾ ਵੱਡਾ ਨਹੀਂ, ਬੰਦੇ ਦੀ ਨੀਤ ਹੈ ਵੱਡੀ ਛੋਟੀ, ਬਾਹਰੋਂ ਕੀ ਖੱਟਣਗੇ, ਅੰਦਰੋਂ ਸੋਚ ਜਿਨ੍ਹਾਂ ਦੀ ਗੰਦੀ। ਉਹ ਗੱਲ ਠੀਕ ਆ ਗੱਗੀ ਯਾਰ, ਮੈਨੂੰ ਵੀ ਫਵਿਆ ਜਾਂ ਨਹੀਂ ਯਾਰ ਇਹ ਕੰਮ। ਹੈਂ? ਮੈਨੂੰ ਵੀ ਫਵਿਆ ਜਾਂ ਨਹੀਂ ਹੈਗਾ ਇਹ ਕੰਮ। ਹੋ ਐਂ ਕਰ ਓਏ, ਉਹ ਕਰ ਲਾ ਤੂੰ। ਕੀ ਓਏ? ਉਹਦਾ ਬੜਾ ਸਕੋਪ ਹੈ ਸੌ ਲੱਗੇ। ਅਰਜੈਂਟ ਲੋ ਵੀ ਕਹਿੰਦਾ ਨਹੀਂ ਹੁੰਦਾ, ਕਹਿੰਦਾ ਦੇਖ ਕੇ ਵੀ ਬਾ ਪੁੜੀ ਰੱਖਦੀ, ਕਾਕਾ ਹੋਊਗਾ ਤੂੰ ਵੀ ਆਖਦੀ, ਹਰ ਘਰ ਵਿੱਚ ਬਾਦਾ ਬਣ ਜਾਣੀ, ਬੇਬੀ ਮੇਰਾ ਦਿਲ ਕਰਦਾ ਮੈਂ ਵੀ ਕੋਈ ਬਾਬਾ ਬਣ ਜਾ। ਬਹੁਤ ਸਕੋਪ ਆ ਬਾਬਿਆਂ ਦਾ। ਉਹ ਬਾਬੇ ਤਾਂ ਫੜੇ ਜਾਂਦੇ ਨੇ ਹੁਣ, ਬਾਬਿਆਂ ਦੇ ਤਾਂ ਪੈਂਦੀਆਂ। ਆਪਾਂ ਫੜਨ ਵਾਲਾ ਕੰਮ ਹੀ ਨਹੀਂ ਕਰਦੇ, ਹੋਰ ਕੀ ਕਰਾਂਗੇ। ਮੇਰੀ ਗੱਲ ਸੁਣਾ, ਤੇਰੀ ਪਿੱਛੇ ਹੱਥ ਤੇਰਾ ਮੇਰਾ ਹੋਇਆ ਕਰੂਗਾ, ਪਿੱਛੇ ਤੇਰੀ ਸਪੋਰਟ ਤੇ ਮੈਂ ਹੋਇਆ ਕਰੂ, ਫਿਰ ਆਪਾਂ ਕਿਵੇਂ ਫੜੇ ਜਾਇਆ ਕਰਾਂਗੇ। ਗੱਲ ਤਾਂ ਨਾ ਗੇਮ ਦਾ ਸਾਰੀ 6 ਮਹੀਨਿਆਂ ਦੀ, ਉਦੋਂ ਬਾਅਦ ਤਾਂ ਦੁਬਾਰੇ ਮੈਂ ਕੇਸ ਲਾ ਕੇ ਟੀਚਰ ਬਣ ਜੂ। ਓਏ ਆਹੋ ਫਿਰ 6 ਮਹੀਨਿਆਂ ਤੱਕ ਤੂੰ ਆਹ ਕੰਮ ਕਰ ਲੈ। ਮੇਰੀ ਗੱਲ ਸੁਣ, ਪਹਿਲਾਂ ਗਾਹਕ ਤੇਰੇ ਲਵੇ ਮੈਂ ਲੈ ਕੇ ਆਊਂਗਾ। ਅੱਛਾ ਜੀ। ਹਾਂ ਐਂ ਕਰ, ਰੁਪਈਆ ਮੰਗੀ ਤੂੰ 10,000, 5,000 ਮੇਰਾ, 5,000 ਤੇਰਾ, ਉਹ ਮੈਂ ਤੈਨੂੰ ਦੱਸ ਦੂ ਕਿਵੇਂ ਸਕੀਮ ਲਾਉਣੀ ਹੈਗੀ। ਬੋਲ ਦੱਸ, ਦੇਖ ਭਾਈ ਨੇ ਕੱਪੜੇ ਕੁੱਪੜੇ? ਕੱਪੜੇ ਤਾਂ ਨਹੀਂ ਹੈ, ਕੱਪੜੇ ਤਾਂ ਲੈ ਕੇ ਆਉਣੇ ਪੈਣਗੇ। ਆਹਾ ਪਾਲੀ, ਆਹ ਕਿਹਦੇ ਨੇ? ਮਿੱਤੀ ਹੋਰਾਂ ਦੀ ਨੇ? ਆ ਉਹਦਾ ਯਾਰ ਇਹਨਾਂ ਦੇ ਨੇ। ਹਾਂ ਬੁੜੀਆਂ ਹੀ ਨੇ, ਪਰ ਆ ਬੁੜੀਆਂ ਵਾਲੇ ਨਹੀਂ ਸੱਚ ਸਹੀ ਲੱਗਣੇ ਯਾਰ, ਹਨਾ। ਤੇ ਆਪਾਂ ਫਿਰ ਐਂ ਕਰਦੇ ਆ, ਦੇਖ ਜਿਹੜਾ ਸਿੰਮੀ ਨਹੀਂ ਹੈਗਾ, ਹਾਂ ਉਹਦਾ ਹੋ ਗਿਆ ਮੋਟਰਸਾਈਕਲ ਚੋਰੀ। ਹਾਂ ਆਇਆ ਤੀ ਮੇਰੇ ਲਵੇ, ਆਇਆ ਤੀਗਾ ਤੇ ਹਾਂ ਉਹ ਮੈਨੂੰ ਪਤਾ ਹੈਗਾ ਮੋਟਰਸਾਈਕਲ ਕਿੱਥੇ ਆ, ਉਹ ਮੈਂ ਆਪੇ ਖੜਾਉਂਗਾ। ਤੂੰ ਐਂ ਕਹਿ ਦੀ ਕਿ ਅੱਜ ਰਾਤ ਨੂੰ ਤੇਰੇ ਲਵੇ ਤੁਹਾਡੇ ਘਰੇ ਮੋਟਰਸਾਈਕਲ ਖੜ ਜੂਗਾ, ਠੀਕ ਹੈ? 20 ਰੁਪਇਆ ਤਾਂ ਲੱਗੂਗਾ, 10,000 ਰੁਪਇਆ। ਜੋ 10,000 ਰੁਪਇਆ ਉਹਨੂੰ ਦੇ ਤਾ, 5,000 ਤੂੰ ਲੈ ਲਈ, 5,000 ਮੈਂ ਲੈਣ। ਬੋਲਣੀ ਆ ਤਾਂ ਇਹਦਾ ਵੀ ਅੱਜ ਰਾਤ ਨੂੰ ਆਜੂ, ਆਹੀ ਬੋਲਣਾ ਬਸ, ਬਾਬਾ ਬਣ ਕੇ ਹੋਰ ਕੁਛ ਨਹੀਂ ਬੋਲਣਾ। ਹਾਂ ਯਾਰ ਦੇਖ ਸਾਲਾ ਸਾਹਿਬ, ਪਹਿਲਾਂ ਵਾਲੇ ਕੰਮ 'ਚ ਵੀ ਬਦਨਾਮੀ। ਸਾਲਾ ਨਾ ਕਹਿ ਪਹਿਲੀ ਗੱਲ ਤਾਂ ਮੈਨੂੰ, ਹੋਰ ਕੀ ਤੇਰਾ ਹੁਣ ਲਾਗਾ ਤੇ ਗਾਹ ਨਹੀਂ ਭੈਣ, ਅਸੀਂ ਆਪਦੇ ਪਿੰਡ ਲੈ ਗਏ। ਦੇਖ ਜਿਹੜਾ ਸਿੰਮੀ ਨਹੀਂ ਹੈਗਾ, ਹਾਂ ਉਹਦਾ ਹੋ ਗਿਆ ਮੋਟਰਸਾਈਕਲ ਚੋਰੀ। ਹਾਂ ਆਇਆ ਤੀ ਮੇਰੇ ਲਵੇ, ਆਇਆ ਤੀਗਾ ਤੇ ਹਾਂ ਉਹ ਮੈਨੂੰ ਪਤਾ ਹੈਗਾ ਮੋਟਰਸਾਈਕਲ ਕਿੱਥੇ ਆ, ਉਹ ਮੈਂ ਆਪੇ ਖੜਾਉਂਗਾ। ਤੂੰ ਐਂ ਕਹਿ ਦੀ ਕਿ ਅੱਜ ਰਾਤ ਨੂੰ ਤੇਰੇ ਲਵੇ ਤੁਹਾਡੇ ਘਰੇ ਮੋਟਰਸਾਈਕਲ ਖੜ ਜੂਗਾ, ਠੀਕ ਹੈ? 20 ਰੁਪਇਆ ਤਾਂ ਲੱਗੂਗਾ, 10,000 ਰੁਪਇਆ। ਜੋ 10,000 ਰੁਪਇਆ ਉਹਨੂੰ ਦੇ ਤਾ, 5,000 ਤੂੰ ਲੈ ਲਈ, 5,000 ਮੈਂ ਲੈਣ। ਬੋਲਣੀ ਆ ਤਾਂ ਇਹਦਾ ਵੀ ਅੱਜ ਰਾਤ ਨੂੰ ਆਜੂ, ਆਹੀ ਬੋਲਣਾ ਬਸ, ਬਾਬਾ ਬਣ ਕੇ ਹੋਰ ਕੁਛ ਨਹੀਂ ਬੋਲਣਾ। ਹਾਂ ਯਾਰ ਦੇਖ ਸਾਲਾ ਸਾਹਿਬ, ਪਹਿਲਾਂ ਵਾਲੇ ਕੰਮ 'ਚ ਵੀ ਬਦਨਾਮੀ। ਸਾਲਾ ਨਾ ਕਹਿ ਪਹਿਲੀ ਗੱਲ ਤਾਂ ਮੈਨੂੰ, ਹੋਰ ਕੀ ਤੇਰਾ ਹੁਣ ਲਾਗਾ ਤੇ ਗਾਹ ਨਹੀਂ ਭੈਣ, ਅਸੀਂ ਆਪਦੇ ਪਿੰਡ ਲੈ ਗਏ। ਬਾਬੇ ਬੰਦੀ ਬਣਦੇ ਨੇ, ਏਡੀ ਕੀ ਗੱਲ ਹੈਗੀ? ਇਹ ਪੱਕੀ ਗੱਲ ਹੈ, ਪੈਸਾ ਪੂਸਾ ਹੈਗਾ? ਪਹਿਲਾਂ ਗਾਹਕ ਮੈਂ ਲੈ ਕੇ ਆਊਂਗਾ, 100% ਕਹਿਣਾ ਤੈਨੂੰ, ਬੈਠੇ ਬੈਠੇ ਨੂੰ ਤੇਰਾ ਇੱਕ ਜਵਾਨ ਹਿਲਾਉਣੀ, ਤਾਂ ਹੀ ਕਹਿਣਾ ਵੀ ਰਾਤ ਨੂੰ ਤੇਰੇ ਮੋਟਰਸਾਈਕਲ ਬਣ ਜੂਗਾ, 5,000 ਰੁਪਇਆ ਤੇਰਾ ਬਣ ਜੂ, 5,000 ਰੁਪਇਆ ਮੇਰਾ ਬਣ ਜੂਗਾ। ਦੇਖ ਮੈਂ ਲੈ ਕੇ ਆਇਆ ਉਹਨੂੰ ਤੇਰੇ ਲਵੇ ਸਾਮੀ ਆ, ਤੈਂ ਬਸ ਐਂ ਕਰਕੇ ਜਵਾਨ ਜਵਾਨ ਹਲਿਆਉਣੀ ਹੈਗੀ ਵੀ ਆਹ ਗੱਲਬਾਤ ਆ ਤੁਹਾਡੇ, ਵੀ ਆਹ ਆਹ ਗੱਲ ਹੈ। ਉਹ ਆਮੀ ਗੱਲਾਂ ਹੁੰਦੀਆਂ ਨੇ ਵੀ ਤੁਹਾਡੇ ਘਰ 'ਚ ਆਹ ਗਾ, ਤੁਹਾਡੇ ਘਰ ਮੱਛਾਂ ਨੇ, ਮੱਛਾਂ ਤਾਂ ਸਾਰੇ ਹੁੰਦੇ ਨੇ, ਫਲਾਣੇ ਦੇ ਕੱਟੀ ਹੈ, ਕੱਟੀ ਨੂੰ ਕੱਟਾ ਹੋਊਗਾ, ਵਾ ਆਹੀ ਮਾਰਨੇ ਜੱਕੜਾ। ਉਹ ਯਾਰ ਸਾਇੰਸ ਮੰਨਦੀ ਨਹੀਂ ਇਹ ਗੱਲ ਨੂੰ ਵੀ ਆਹ ਸਖਤੀਆਂ ਵਾਲੇ। ਉਹ ਸਾਇੰਸ ਤਾਂ ਨਹੀਂ ਮੰਨਦੀ, ਆਪਣੇ ਤਾਂ ਮੰਨਦੇ ਨੇ, ਹਰ ਇੱਕ ਪਿੰਡ 'ਚ ਸਿਆਣਾ ਬੈਠਿਆ ਆਪਣੇ ਪਿੰਡ 'ਚ ਨਹੀਂ, ਉਹਦੀ ਘਾਟ ਤੂੰ ਪੂਰੀ ਕਰਦੇ। ਦੇਖ ਲੈਂਦੇ ਹਾਂ ਫਿਰ, ਕੁਛ ਨਹੀਂ ਹੁੰਦਾ। ਕਿਹੜਾ ਦਿਨ ਰੱਖੀਏ? ਦਿਨ ਤਾਂ ਆਹੀ ਹੁੰਦਾ, ਇੱਕ ਵੀਰਵਾਰ, ਇੱਕ ਐਤਵਾਰ। ਆਪਾਂ ਹੋਰ ਰੱਖਦੇ ਯਾਰ, ਅਲੱਗ ਚੱਲਦੇ ਆਪਾਂ, ਥੋੜ੍ਹਾ ਜਿਹਾ ਹਟ ਕੇ ਬੁੱਧਵਾਰ ਰੱਖ ਲੈਂਦੇ ਹਾਂ, ਬੈਟਨੈਸਡੇ। ਬੈਟਨੈਸਡੇ? ਹਾਂ ਬੈਟਨੈਸਡੇ ਰੱਖ, ਬੈਟਨੈਸਡੇ ਰੱਖ ਲੈਂਦੇ ਫਿਰ। ਹੈਂ? ਹਾਂ ਹੁਣ ਤਿਆਰ ਕਰੀਏ ਫਿਰ। ਹਾਂ ਤਿਆਰ ਕਰ ਤੂੰ, ਮੈਂ ਗਾਹਕ ਲੈ ਕੇ ਆਉਣਾਗਾ। ਬੈਠੀ ਹਾਂ, ਠੀਕ ਹੈ। ਹਾਂ ਮੈਂ ਮਾੜੀ ਜਿਹੀ ਦਿਲ ਮਾਰਦਾ ਲੇੜਾ, ਇੱਥੇ ਕਰੀ ਕੀ ਜਾਣਾ ਤੂੰ? ਹੈ ਉਹ ਇਹਦਾ ਰੋਟੀ ਵਾਲਾ ਪਾਉਣਾ ਸੀ ਹੋਣਾ ਯਾਰ, ਪੱਕਾ ਫਿਰ ਰਹੀ ਫਿਰ ਹੁਣ ਆਪਦੀ ਉਹਤੇ ਪੱਕਾ। ਮੈਂ ਤਾਂ ਆਉਣਾ ਫਿਰ, ਮੈਂ ਬੰਦਾ ਲੈ ਕੇ ਆ ਜਾ। ਬਾ ਠੀਕ ਆ, ਓਕੇ। ਕੈਂਚੀ ਫੜ ਕੇ ਲੈ ਯਾਰ, ਕਿੱਧਰੋਂ ਲਿਆਉਣਾ? ਦੰਦਾਂ ਨਾਲ ਕੱਟ ਦੇ। ਹੈਂ? ਦੰਦਾਂ ਨਾਲ?
बस तो एक ही रहेगी। आया जा 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 कॉमन कॉमन फुट विश करो बाबा जी। वो तो दलवीर मास्टर जी ने दलवीर मास्टर लगता तेन इधर रूह बैठी है दे ता दलवीर मास्टर दी है पर अंदर रूह किसी होर पाक मोहब्बत किसी चीज दी है। क्यों तो पुठे सीधे था ते ले आया रूहां ये चिंबड़ गया औखा होगा। ओ नहीं रूहां चिंबड़ दिया है ता रात ज्ञान हो गया तीजी अख खुल गई बाबा जी दी दलवीर मास्टर तो उड़ उड़ गए हुण किते ता बस कल्ली रूह हां दे दे आ गई रूह तो अंदर किसी होर चीज दी है छेती छेती चरणा च बह जा तू। हां हो बाबा चरणा च बह जा तू। सस्सी गल बाबा तो देणगे तेरे धोने सारे बाबा जी स्कूल ला हुण अखा क्यों ओवर एक्टिंग करी जन्नागा। बाबा जी मारो निगा जी बाबा जी आ मारो आइस जी बच्चे ते छिट्टे मारने नु कहा बाबा जी निगा मारने नु कहा साले बाबे नु छिट्टे मार कहना ओए आप सिखा सारा काम है कितो क्लासा नहीं लईया इन्होंने क्लासा नु वहां डीजीपी लग्या होया लग्या ता बाबा होया हो डेरिया चाहे बोल दियो आ ओते तोडा घर आई ए रू चज दी नहीं हैगी नु लेके चलो इथे सुच्चा घाड़ा इथे सारा मैं बहुत दुखी हां बाबा जी असि भी दुखी हां भगता ओए आहा चप बूट बाबा जी बूट बूट जी की बूट नहीं जे ले आया लुए की कराई जाना तू इथे मत तायो ता उदा नहीं कुछ उत्तो मैं ते लेके हो खड़िया रे सारिया रूहा किमे उड़ गियां करते जी मैं भी कदों दा महा देखा क्यों नहीं आउंदियां रूहा ਉਹ ਖੜਿਆ 3300 ਦੇਵੀ ਦੇਵ ਉੱਪਰ ਲੈਂਟਰ ਪਾ ਕੇ ਖੜਾਏ ਹੋਏ ਨੇ ਜੀ 3300 ਮੈਂ ਤਾਂ ਭਮੀਰੀਆਂ ਜੇ ਦਿਖ ਰਹੀਆਂ ਨੇ ਜੀ ਉੱਤੇ ਦਿਲ ਕਾਲੇ ਨੇ ਛੋਟੇ ਭਮੀਰੀਆਂ ਹੀ ਦਿਖਣਗੀਆਂ ਸੋਨੂੰ ਦਿਖਣਗੇ ਕੋਈ ਦੇਵਤੇ ਬਾਬਾ ਜੀ ਆ ਦੇਖੋ ਮਾੜਾ ਜਿਹਾ ਕਰੋ ਜੀ ਹੱਲ ਮੁੰਡੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਜੀ ਹੋ ਜੀ ਕਦੋਂ ਹੋਇਆ ਪਰਸੋਂ ਹੋਇਆ ਜੀ ਅੱਛਾ ਤੁਹਾਡੇ ਕੋਲ ਮੈਂ ਆਇਆ ਵੀ ਸੀਗਾ ਜੀ ਉਹ ਤੁਸੀਂ ਹੋਰ ਬੇਸ ਪੁੱਛਿਆ ਤੁਸੀਂ ਜੀ ਦਲਵੀਰ ਮਾਸਟਰ ਬਣੇ ਹੋਏ ਸੀਗੇ ਮਰ ਗਿਆ ਦਲਵੀਰ ਮਾਸਟਰ ਹੁਣ ਨਹੀਂ ਉਹਦਾ ਦਲਵੀਰ ਮਾਸਟਰ ਓਵਰ ਐਕਟਿੰਗ ਬਾਬਾ ਜੀ ਕਮੈਂਟ ਆਉਣਗੇ ਕੀ ਫਾਇਦਾ ਕੁਛ ਨਹੀਂ ਆ ਤੂੰ ਦੇਖ ਉਧਰ ਗੱਲ ਕਰ ਤੂੰ ਨੀਲੇ ਰੰਗ ਦਾ ਮੋਟਰਸਾਈਕਲ ਸੀ ਨਾ ਬੱਚਾ ਹਾਂਜੀ ਹਾਂਜੀ ਠੀਕ ਹੈ ਦੋ ਟਾਇਰ ਤੇ ਹਾਂਜੀ ਦੋ ਇੰਡੀਕੇਟਰ ਮੂਰੇ ਚਾਰ ਸੀ ਪਿੱਛੇ ਵਾਲੇ ਤਾਂ ਮੈਂ ਦੱਸੇ ਨਹੀਂ ਗਏ ਅੱਛਾ ਠੀਕ ਹੈ ਚਾਰ ਸੀ ਦੋ ਸੀ ਜੀ ਚਾਰ ਹੋ ਗਏ ਨਾ ਹਾਂਜੀ ਪਿਛਲੇ ਦੋ ਲਾ ਕੇ ਹਾਂਜੀ ਨੰਬਰ ਪਲੇਟ ਦੀ ਹਾਂ ਹੀ ਹੈਗੀ ਸੀ ਰੇਸ ਵਾਲਾ ਵਧੀਆ ਚੱਲਦਾ ਸੀ ਹੈਂਡਲ ਜਮਾ ਵਧੀਆ ਚੱਲਦਾ ਸੀ ਕਿੱਕ ਥੋੜੀ ਜੁੜਕਦੀ ਸੀ ਹਾਂ ਹੀ ਮਾੜੀ ਮੁੱਟੀ ਕਦੇ ਕਦੇ ਚੱਕਿਆ ਗਿਆ ਮੋਟਰਸਾਈਕਲ ਦਾ ਚੱਕਿਆ ਗਿਆ ਜੀ ਹਾਂ ਆ ਜਾਊਗਾ ਪਰ ਆਏ ਨਹੀਂ ਆਉਂਦਾ ਹੋਰ ਕਿਵੇਂ ਆਊਗਾ ਜੀ ਮਾਇਆ ਲੱਗੂਗੀ ਬੇਟਾ ਮੋਟਰਸਾਈਕਲ ਦਾ ਕੈਥਲ ਟੱਪ ਗਿਆ ਛੋਟਾ ਅੱਛਾ ਜੀ ਐਡੀ ਦੂਰ ਵਗ ਗਿਆ ਜੀ ਕਵਾੜ ਚ ਖੜਿਆ ਮੋਟਰਸਾਈਕਲ ਆ ਫਿਰਦਾ ਇੱਥੇ ਉਹ ਦੇਖ ਲਓ ਜੋਕੀ ਜਾਂਦਾ ਹਾਂ ਉਹ ਜਾਂਦਾ ਜੀ ਟਾਇਰ ਖੋਲ ਲਿਆ ਹਾਂ ਉਹ ਚੱਕ ਲਿਆ ਪੰਨ ਹਲੇ ਹਾਂ ਅਰੇ ਕੀ ਜੇ ਮਿਸਤਰੀ ਦੇ ਖੜੇ ਇਹਦਾ ਗੋਹਾ ਜੀ ਮੈਂ ਤਾਂ ਗੋਹਾ ਹੀ ਦਿਖੀ ਜਾਂਦਾ ਕੱਲਾ ਤੇਰੇ ਦਿਮਾਗ 'ਚ ਗੋਹਾ ਭਰਿਆ ਹੋਇਆ ਤਾਂ ਹੀ ਉਹ ਤੈਨੂੰ ਗੋਹਾ ਦਿਖੂਗਾ ਸਾਨੂੰ ਤਾਂ ਕੋਈ ਨਹੀਂ ਗੋਹਾ ਦਿੰਦਾ ਸਾਨੂੰ ਤਾਂ ਐਲਈਡੀ ਲੱਗੀ ਦਿੰਦੀ ਆ ਦੇਖ ਪੈਂਟ ਵਿੱਚ ਸਾਰਾ ਕੁਝ ਉਹਦੇ ਵਿੱਚ ਆ ਰਿਹਾ ਹੈਗਾ ਦੇਖ ਆਹ ਦੇ ਹੋ ਲੱਗੇ ਜੋਖਣਾ ਹਾਂ 1.5 ਕੁਇੰਟਲ 300 ਗ੍ਰਾਮ ਦਾ ਹੋ ਗਿਆ ਛੋਟਾ ਮੋਟਰਸਾਈਕਲ ਹੋ ਝਾੜਤਾ ਕੰਡੇ ਤੇ ਰੋਕ ਦੋ ਜੀ ਫਿਰ ਪੇਮੈਂਟ ਕਿੰਨੀ ਹੋਊਗੀ ਜੀ 10000 ਰੁਪਇਆ ਹੋਊਗੀ ਹਾਂ ਦਾ 10000 ਹੋਊਗੀ ਰੋਕ ਦਾ ਹਾਂ ਘੱਟ ਵੱਧ ਕਰ ਲਓ ਜੀ ਫਿਰ ਰੱਬ ਦਾ ਤੋਲਤਾ ਉਹ ਤਾਂ ਘੱਟ ਵੱਧ ਕਰ ਲਓ ਜੀ ਦੇਖ ਕੇ ਦੋ ਕਿਸ ਕਰ ਲਓ ਜੀ ਹਾਂ ਦੋ ਚ ਇੱਕ ਚੱਕਾ ਮਿਲੂ ਇੱਕ ਟੂਬਲੈਸ ਟਾਇਰ ਮਿਲੂਗਾ ਦੇ ਦਾ ਨਾ ਜੀ ਪੂਰਾ ਮੋਟਰਸਾਈਕਲ ਚਾਹੀਦਾ ਆਪਾਂ ਦਾ ਫਿਰ ਰੋਕ ਦਾ ਰੋਕ ਦੋ ਜੀ ਭਰ ਦੇਗਾ ਫੀਸ ਭਰ ਦੂੰਗਾ ਜੀ ਰੋਕ ਦਾ ਰੋਕ ਦੋ ਜੀ ਰੋਕ ਦਾ ਰੋਕ ਦੋ ਜੀ ਗੱਗੀ ਜੀ ਭਰਾ ਲੂੰਗੇ ਹਾਂ ਭਰਾ ਲਾਂਗੇ ਬਜਾਜ ਕਾਰਡ ਚੱਲਦਾ ਜੀ ਆਪਣਾ ਸੈਟ ਓਪਨ ਹੈ ਉਹਨੂੰ ਪੁੱਛੋ ਚੇਲੇ ਨੂੰ ਬਜਾਜ ਕਾਰਡ ਦਾ ਕੈਸ਼ ਚੱਲਦਾ ਬਾਈ ਕਿਸ ਤਰ੍ਹਾਂ ਨਿਕਲ ਵਾਲੇ ਨਾ 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 ਤੁਸੀਂ ਦੇਖ ਮੇਰੀ ਗੱਲ ਸੁਣੋ ਉਹਦੇ ਫੀਸ ਭਰ ਦੇ ਰਾਤ ਨੂੰ ਉਹ ਕਦੋਂ ਆਉਂਗਾ ਬਾਬਾ ਜੀ ਘਰੇ ਇਹ ਕੀ ਇਹ ਮੋਟਰਸਾਈਕਲ ਘਰੇ ਕਦੋਂ ਆਜੂਗਾ ਆਪਣੇ ਮੋਟਰਸਾਈਕਲ ਆਜੂਗਾ ਹੁਣ ਦੇਖੋ ਖੁੱਲ ਲਿਆ ਤੀ ਦੇਖੋ ਹੁਣ ਬੰਦ ਕਰਤਾ ਉਹਨਾਂ ਨੇ ਹਟ ਕੇ ਲਾਈਟ ਬਾਗੀ ਨਾ ਕੰਡੇ ਤੇ ਅੱਛਾ ਜੀ ਹਾਂ ਹੁਣ ਭੁੱਲ ਜਾਣਗੇ ਉਹਨਾਂ ਦੀ ਵਿੱਚ ਸ਼ਕਤੀ ਆਪਣੇ ਘਰੇ ਕਦੋਂ ਆਊਗਾ ਜੀ ਇਹ ਹੈ ਆਪਣੇ ਘਰੇ ਕਦੋਂ ਆਊਗਾ ਕਿੰਨਾ ਟਾਈਮ ਹੋ ਗਿਆ ਟਾਈਮ ਤਾਂ ਹੁਣ ਇਹਦਾ ਪਤਾ ਨਹੀਂ ਜੀ ਕਰਨਾ ਉਹ ਦੱਸ ਦਿਓ ਜੀ ਪੱਕਾ ਉੱਕਣ ਪੁੱਕਾ ਜਾਂ ਕਿੰਨੇ ਵਜੇ ਆਜੂ ਆਪਣੇ ਘਰੇ 1 ਵਜੇ ਨਾਲ ਹੋਣਾ ਜੀ 7:30 ਵਜੇ ਆਜੂ ਮੋਟਰਸਾਈਕਲ ਰਾਤ ਨੂੰ ਜੀ ਅੱਜ ਆਥਣੇ ਸਵਾਕੇ ਜੀ ਬਾ ਠੀਕ ਹੈ ਰਾਤ ਨੂੰ ਆਜੂ ਬਾਈ ਮੋਟਰਸਾਈਕਲ ਠੀਕ ਹੈ ਅੱਖਾਂ ਮੀਚ ਲਿਓ ਘਰੇ ਨਾ ਬੜਿਓ 7:30 ਵਜੇ ਆਈ ਨਹੀਂ ਪਤਾ ਕਿਹੜੀ ਚੀਜ਼ ਖੜਾ ਕੇ ਜਾਵੇ ਹੁਣ ਹਾਂ ਹਾਂ ਕੋਈ ਆਤਮਾ ਭੇਜਾਂਗੇ ਉਹ ਖੜਾ ਕੇ ਜਾਊਗੀ ਕੈਥਲ ਤੋਂ ਆਊਗੀ ਆਪ ਚਲਾ ਕੇ ਬਸ ਠੀਕ ਹੈ ਜੀ ਹਾਂ 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 ਕੋਈ ਉਹ ਬੰਦਾ ਭੇਜ ਦਿਓ ਜੀ ਚਾਹੇ ਸੀ ਘਰਾੜ ਤੋਂ ਰੇੜੀ ਵਾਲਾ ਭੇਜੇ ਯਾਰ ਤੈਨੂੰ ਕੀ ਤੇਰੀ ਚੀਜ਼ ਘਰੇ ਆਜੂਗੀ ਬਸ ਠੀਕ ਹਾਂ ਬੰਨ ਦਾ ਟਾਈਮ 7:30 ਬੰਦ ਹੋ ਜੀ ਬੰਦ ਆਜੂਗੀ ਗੱਗੀ ਪੇਮੈਂਟ ਹਾਂ ਜੀ ਤੂੰ ਜ਼ਿੰਮੇਦਾਰ ਆ ਗੱਗੀ ਹਾਂ ਜੀ
ਕਰਦਾ ਕਰ ਦੋ ਜੀ ਸੁਨੰਦਾ ਸ਼ਰਮਾ ਦੀ ਭੈਣ ਦੀ ਕੜਛੀ ਓ ਯਾਰ ਗਾਲ ਨਹੀਂ ਕੱਢਣੀ ਜਕਾਰਾ ਬੋਲਣਾ ਅੱਛਾ ਜੀ ਸੌਰੀ ਜੈ ਕਹਿ ਦੋ ਸੌਰੀ ਜੀ ਸੁਨੰਦਾ ਸ਼ਰਮਾ ਦੀ ਜੈ ਸਿਪਰਾ ਗੋਲ ਦੀ ਜੈ ਨਿਮਰਤ ਖੈਰਾ ਦੀ ਜੈ ਜੈ ਸਿਮਰ ਸੈਂਡਰਸ ਦੀ ਬੰਬ ਓਏ ਉਹਨਾਂ ਦਾ ਸ਼ਬਦ ਦੀ ਬੰਬ ਆ ਗਿਆ ਉਹ ਤਾਂ ਬਹੁਤ ਵਧੀਆ ਨੇ ਅੱਛਾ ਜੀ ਜੈ ਬੋਲਣੀ ਹੈ ਜੀ ਹਾਂ ਬੋਲੋ ਜੈ ਸਿਮਰ ਸੈਂਡਰਸ ਦੀ ਜੈ ਸਟੈਪ ਲੰਡਨ ਦੀ अपने हाथ जी अर्जन ढिलो ਹੋਰ ਤਾਂ ਬਸ ਕੁਛ ਨਹੀਂ ਮੈਨੂੰ ਘਰੇ ਛੱਡਿਆ ਉਹ ਕਿਹੜਾ ਪਿੰਡ ਹੈ ਤੇਰਾ ਬੱਲਰੇ ਨਾਲੇ ਤਾਂ ਤੂੰ ਲੰਡਨ ਦੀਆਂ ਲੰਡਨ ਦਾ ਸਿਬਾਟ ਹੋਇਆ ਵੀ ਸ਼ਾਲਾ ਵਾਲੇ ਪੱਲਾ ਮੇਰਾ ਦਾਦਾ ਬੱਲਰੇ ਰਹਿੰਦਾ ਸੀ ਅੱਛਾ ਕੱਕ ਜਨਾ ਪੈਰ ਮਾਰ ਲਈ ਹਾਂ ਚੱਲ ਨਿਕਲ ਮੁੰਡੇ ਚੋਂ ਹੁਣ ਹੈਂ ਨਿਕਲ ਜਾ ਹਾਂ ਇਹਨੂੰ ਮੈਨੂੰ ਰੋਜ਼ ਰੋਜ਼ ਹੁਣ ਅੱਖਾਂ ਹੋਇਆ ਮੇਰੇ ਮੱਟੀ ਬਣਾਓ ਕਿਹੜਾ ਕਲਰ ਕਰੀਏ ਬਲੈਕ ਹੋਲ ਬਲੈਕ ਓਕੇ ਭਈਆ ਫਿਰ ਹਾਂ ਭਈਆ 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 ਓਕੇ ਹੋ ਚੀ ਤਕੜੀ ਹੈ ਸਟੈਪ ਲੰਡਨ ਹੈ ਜਿਹੜੀ ਬਾਹਰਲਾ ਸੋ ਹੁੰਦਾ ਜੀ ਬਾਹਰਲਾ ਵਰਜਣਾ ਨਾ ਨਿਕਲ ਗਈ पहला देख लैनी स्किन होंगे ती बुढ़िया आ चुल्हे ते भी मोर साप ही रख दया ती इन्ना इना कुछ बना के ते डिजाइन मिट्टी नाल गोली वाले चुल्हे बनाते होंगे अगे तेन पता तेरे मामे नू कह दे पत्थर दा चुल्हा लिया दूगा एज जे अग मचा लैने आपां तां नाल दी नाल दूजे दिन इहदे पांडू लाउणा पैंदा गा संभाल रखनी पैंदी आ इहदी पड़ोले वर्गी हो गई तू ਹੁਣ ਲੱਗੀਆਂ ਬਾਬੇ ਨੂੰ ਸਲਾਮਾਂ ਹੁਣ ਲੱਗੀਆਂ ਦਿਲਬੀਰ ਨੂੰ ਸਲਾਮਾਂ ਹੁਣ ਲੱਗੀਆਂ ਲੈ ਤਾਂ ਨਿਪੜ ਗਿਆ ਹੱਥ ਧੋ ਲੈ ਹੁਣ ਇੱਥੇ ਨਕਸ਼ਾ ਦੀ ਸਾਲ ਦਾਈ ਸਤਿ ਸ੍ਰੀ ਅਕਾਲ ਕਿਵੇਂ ਆ ਵੇ ਵਧੀਆ ਦਾਈ ਬਾਈ ਜੇ ਇੱਥੇ ਮੰਜੇ ਤੇ ਆਉਣੀ ਆ ਮੈਂ ਹੱਥ ਧੋ ਲਾਂ ਬਾਈ ਨਾ ਕਿੰਨੇ ਕਰਮ ਵਾਲੇ ਨੇ ਤਾਈ ਉਹਦੇ ਲੈ ਤਾਈ ਕੀ ਤੇਰੇ ਪੈਰਾਂ ਚ ਭੌਰੀ ਆ ਜਦ ਤੈਨੂੰ ਕਹਿ ਦਾਂ ਵੀ ਖੜ ਜਾ ਭਾਈ ਹੱਥ ਧੋ ਲੈਣ ਦੇ ਆ ਜਾਣੇ ਕੀ ਗੱਲ ਹੋ ਰਹੀ ਹੈ ਮੈਂ ਤਾਂ ਐ ਪੁੱਛਣ ਆਇਆ ਸੀਗਾ ਬਾਬਾ ਜੀ ਕਿੱਥੇ ਨੇ ਕਿਹੜਾ ਬਾਬਾ ਬਾਬਾ ਜੀ ਵੇ ਐਡਾ ਵੀ ਬੁੜਾ ਨਹੀਂ ਹੋਇਆ ਤਾਇਆ ਤੇਰਾ ਉਹਨੂੰ ਸੜੇ ਹਾਂ ਉਹਨੂੰ ਥੋੜੀ ਪੁੱਛਦਾਗਾ ਬਾਬਾ ਜੀ ਨੂੰ ਪੁੱਛਦਾ ਮੈਂ ਤਾਂ ਸੜੇ ਹਾਂ ਕਿਹਨੂੰ ਕਿਹਾ ਸੜੇ ਹਾਂ ਮਤਲਬ ਉਹ ਮੈਂ ਨਹੀਂ ਕਹਿ ਰਿਹਾ ਮੈਂ ਤਾਂ ਉਹ ਸਿੱਧ ਪੁਰਸ਼ ਦੀ ਗੱਲ ਕਰ ਰਿਹਾ ਮਾਂ ਨੇ ਤੈਨੂੰ ਅਕਲ ਨਹੀਂ ਸਿਖਾਈ ਵੀ ਵੱਡਿਆਂ ਨੂੰ ਕਿਵੇਂ ਬੋਲੀਦਾ ਕੀ ਹੋ ਗਿਆ ਤੇਰੇ ਤਾਇਆ ਨੂੰ ਸੜਿਆ ਜੀ ਕਹਿੰਦਾ ਨਾ ਨਾ ਤਾਇਆ ਨੂੰ ਨਹੀਂ ਮੈਂ ਕੁਝ ਕਹਿੰਦੀ ਮੈਂ ਤਾਂ ਬਾਬਾ ਜੀ ਪੁੱਛਦਾ ਸੀ ਕਿਹੜਾ ਬਾਬਾ ਦਲਵੀਰ ਬਾਬਾ ਜੀ ਵੇ ਤੇਰਾ ਦਿਮਾਗ ਠੀਕ ਆ ਉਹ ਮਾਸਟਰ ਆ ਬਾਬਾ ਨਹੀਂ ਹੈਗਾ ਭੋਲੇ ਲੋਕ ਤਾਈ ਤੈਨੂੰ ਪਤਾ ਨਹੀਂ ਹੈਗਾ ਉਹ ਤਾਂ ਬਹੁਤ ਪਹੁੰਚੀ ਹੋਈ ਸ਼ਾਇ ਉਹ ਐ ਤਾਂ ਪਤਾ ਸਾਨੂੰ ਪਹੁੰਚੀ ਹੋਈ ਉਹਦੇ ਲੱਛਣ ਮਾੜੇ ਨੇ ਉਹ ਲੱਛਣ ਮਾੜੇ ਨਹੀਂ ਉਹ ਜਿਹੜਾ ਦਲਵੀਰ ਮਾਸਟਰ ਸੀ ਉਹ ਤਾਂ ਮਰ ਗਿਆ ਹਾਏ ਮੈਂ ਮਰ ਜਾ ਕਦੋਂ ਵੇ
ਮੈਂ ਤਾਂ ਕੱਲ ਦੀ ਗਈ ਵੀ ਨਹੀਂ। ਓਏ ਤੈਨੂੰ ਪਤਾ ਨਹੀਂ ਓ ਮੈਂ ਨਹੀਂ ਹਾਂ ਜਿਹੜਾ ਮਾਸਟਰ ਸੀਗਾ ਉਹ ਤਾਂ ਮਰ ਗਿਆ, ਉਹਦੀ ਦੇਹ 'ਚ ਕਿਸੇ ਸਿੱਧ ਪੁਰਸ਼ ਦੀ ਆਤਮਾ ਆ ਗਈ। ਸਾਫ ਸਾਫ ਬੋਲੇਗਾ? ਦੇਖਦਾ ਹੀ ਸਾਫ ਸਾਫ ਤਾਂ ਮੈਥੋਂ ਬੋਲਿਆ ਨਹੀਂ, ਤਾਂ ਜਿਹੋ ਜਿਹਾ ਬੋਲਿਆ ਤਾਂ ਐਡਜਸਟ ਕਰ ਲਾ। ਚੱਲ ਠੀਕ ਆ, ਜਿੰਨਾ ਕੁ ਸਾਡੇ ਪੱਲੇ ਪਿਆ ਸੀ ਉਹਨਾਂ ਕੁ ਸਮਝ ਜਾਵਾਂਗੇ। ਹਾਂ ਮੇਰਾ ਹੋ ਗਿਆ ਸੀਗਾ ਮੋਟਰਸਾਈਕਲ ਚੋਰੀ ਤਾਂ, ਮੈਂ ਬਾਬਾ ਜੀ ਕੋਲੇ ਗਿਆ। ਅੱਛਾ ਦਲਵੀਰ ਆ, ਪਹਿਲਾਂ ਤਾਂ ਬਾਬਾ ਨਾ ਕਹਿ। ਚੱਲ ਦਲਵੀਰ ਬਾਬਾ ਜੀ ਕੋਲੇ ਗਿਆ। ਫੇਰ ਬਾਬਾ ਜੀ ਵੇ ਉਹਦਾ ਨਾਂ ਦਲਵੀਰ ਆ ਮਾਸਟਰ ਆ, ਮਾਸਟਰ ਕਹਿ ਦਲਵੀਰ ਆ ਮਾਸਟਰ। ਓਏ ਹੁਣ ਮਾਸਟਰ ਨਹੀਂ ਰਿਹਾ ਉਹ, ਮਾਸਟਰ ਤਾਂ ਗਿਆ ਉਡਣ ਛੂ ਹੋ ਗਿਆ, ਬਾਬਾ ਬਣ ਗਿਆ ਹੁਣ ਉਹ। ਅੱਗ ਤਾਂ ਛੱਡਦਾ ਨਹੀਂ, ਸਵਾ ਬਾਬਾ ਬਣ ਗਿਆ ਉਹ। ਤੂੰ ਆਪ ਹੀ ਜਾ ਕੇ ਦੇਖ ਲਈ ਭੈਣੇ। ਅਸੀਂ ਕਿਉਂ ਜਾਈਏ, ਅਸੀਂ ਤੂੰ ਹੀ ਨਹੀਂ ਮੱਥੇ ਲਾ। ਮੇਰੀ ਗੱਲ ਤਾਂ ਸੁਣ ਲਾ ਹੁਣ। ਹਾਂ ਉਹ ਜਿਹੜਾ ਬਾਬਾ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਸੀਗਾ, ਮੈਨੂੰ ਭੁਲਾਤੀ ਗੱਲ ਤੁਸੀਂ। ਹਾਂ ਦੱਸ ਦੱਸ। ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਸੀਗਾ, 3 ਦਿਨ ਹੋ ਗਏ ਮੈਂ ਸਾਰੇ ਕਿਤੇ ਖੁਜਲੀ ਗਿਆ। ਮੈਂ ਇਹਨੇ ਵੀ ਕੁੱਟਿਆ ਸੀ ਮੈਨੂੰ ਫੜ ਕੇ ਵਾਸੋਂ ਉੱਥੇ। ਹਾਂਜੀ ਫਿਰ ਮੈਨੂੰ ਤੂੰ ਦੱਸਿਆ ਵੀ ਤੇਰਾ ਮੋਟਰਸਾਈਕਲ ਚੋਰੀ ਹੋ ਗਿਆ ਨਾਲੇ ਅਸੀਂ ਚੋਰੀ ਕੀਤਾ। ਚੱਲ ਮੇਰੀ ਗੱਲ ਤਾਂ ਸੁਣ ਲੈ ਹੁਣ। ਮੈਂ ਬਾਬੇ ਕੋਲ ਕਿਹਾ, ਬਾਬੇ ਨੇ ਮੈਨੂੰ ਕਿਹਾ ਕਹਿੰਦਾ ਤੇ 7 ਵਜੇ ਤੱਕ ਮੋਟਰਸਾਈਕਲ ਆ ਜਾਊਗਾ। ਉਹ ਤਾਂ ਪਤਾ ਨਹੀਂ ਹੋਈ ਰਾਖ ਜੇ ਵਿੱਚ ਨਾ ਗੋਹੇ ਜੇ ਦੇ ਵਿੱਚ ਐਲਈਡੀ ਲਵਾ ਰੱਖੀ ਆ ਉਹਨੇ, ਤਾਂ ਉਹ ਚ ਦੀਦਾ ਉਹਨੂੰ। ਐਲਈਡੀ ਤਾਂ ਉਹਨਾਂ ਦੇ ਘਰੇ ਨਹੀਂ ਹੈਗੀ ਬਈ, ਤੈਨੂੰ ਯਕੀਨ ਤੂੰ ਆਪ ਜਾ ਕੇ ਦੇਖ ਲਈ ਪੁੱਛਣਾ ਸੀਗਾ ਵੀ ਉਹ ਕਿੱਥੇ ਨੇ। ਜਿੱਧਰ ਮਰਜੀ ਗਿਆ ਹੋਵੇ ਸਾਨੂੰ ਕੀ ਇਹ ਤਾਂ ਮੈਂ ਸੁੱਖ ਸੁੱਖੀ ਸੀ ਮੇਰਾ ਮੋਟਰਸਾਈਕਲ ਮਿਲ ਜੇ, ਮੈਂ ਕਿਹਾ ਮੈਂ ਬਾਬੇ ਨੂੰ ਫੜਾ ਆਉਂਗਾ ਬਾਅਦ ਚ। ਨਾ ਸੋਚੇ ਨੇ ਤੁਹਾਡਾ ਕੀ ਪਤਾ ਝੂਠਾ ਹੱਥ ਲਾ ਕੇ ਖਾ ਜਾਓ। ਅਸੀਂ ਚੁੱਲ੍ਹੇ ਤੇ ਮਿੱਟੀ ਲਾ ਕੇ ਹਟੀਆਂ ਸੁੱਚ ਚ, ਠੀਕ ਹੈ ਨਾ? ਨਾ ਇਹ ਤੁਹਾਡੇ ਵਾਸਤੇ ਤਾਂ ਇਹ ਨਹੀਂ ਕਹਤਾ, ਮੈਂ ਬਾਬੇ ਨੂੰ ਦੂੰਗਾ। ਨਾ ਪਰ ਜੇ ਸਾਡੇ ਵਾਸਤੇ ਨਹੀਂ, ਪਰ ਤੂੰ ਸਾਡੇ ਘਰੇ ਕਰਨ ਕੀ ਆਇਆ ਦੱਸ ਮੈਨੂੰ। ਬਾਬੇ ਬਾਰੇ ਪੁੱਛਣਾ ਹੈ ਨਾ ਸਾਨੂੰ, ਬਾਬਾ ਗੁੱਠਾ ਲਾ ਕੇ ਗਿਆ ਵੀ ਸਾਨੂੰ ਦੱਸ ਕੇ ਗਿਆ ਸਾਈਨ ਕਰਕੇ ਵੀ ਹਾਂ ਮੈਂ ਫਲਾਣੀ ਥਾਂ ਤੇ ਜਾਣਾ। ਤੁਸੀਂ ਤਾਂ ਉਹੀ ਚਾਦੇ ਚੱਕ ਕੇ ਪੈ ਜਾਨੀ ਹੋਗੇ, ਮੈਂ ਤਾਂ ਤੁਹਾਡੇ ਕੋਲ ਕੰਮ ਆ ਗਿਆ ਸੀ। ਬਾਬਾ ਜੀ ਤਾਂ ਜੁੱਤੀਆਂ ਖਾਏਗਾ, ਆ ਜਾ ਬਾਬਾ ਹੋ ਜਾ ਬੇਲੜ ਤੂੰ ਹੋ ਰਿਹਾ। ਤੁਹਾਨੂੰ ਕੀ ਪਤਾ ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ, ਤੁਹਾਨੂੰ ਕੀ ਪਤਾ। ਮੈਂ ਮਾਰੂੰਗੀ ਜੁੱਤੀ ਲਾ ਕੇ। ਅਨਪੜ ਅੰਚਰ ਕਿਸੇ ਦਾ ਨਿਮਿੱਤੀ ਉਰੇ ਹੋ, ਦੱਸ ਹੀ ਦੱਸ ਦੇ ਮੇਰੀ ਗੱਲ ਸੁਣ। ਪਹਿਲਾਂ ਤਾਂ ਉਹਨੇ ਨਚਾਰਾਂ ਵਾਲਾ ਕੰਮ ਛੇੜਿਆ ਹੋਇਆ ਸੀ, ਮੈਂ ਬਾਬੇ ਵਾਲਾ ਕੰਮ ਛੇੜ ਲਿਆ। ਓਏ ਬੂਬਣਾ ਬਣੀ ਜਾਂਦਾ, ਕਦੇ ਕੁਛ ਬਣ ਗਿਆ ਕਦੇ ਕੁਛ ਬਣ ਗਿਆ, ਉਹਦੇ ਕੋਲੇ ਹੋਰ ਕੋਈ ਕੰਮ ਹੈਗਾਗਾ, ਪੈਸੇ ਨਹੀਂ ਹੋਣੇ ਹੁਣ ਉਹਦੇ ਕੋਲੇ। ਚੱਲ ਜਾਈਏ ਪੁੱਤਰ। ਕਿ ਤੂੰ ਕੀ ਕਰਨ ਜਾਣਾ ਮੰਮੀ ਉੱਥੇ, ਜੇ ਮਾਮੇ ਨੂੰ ਪਤਾ ਲੱਗ ਗਿਆ ਤੈਨੂੰ ਮਾਰ ਦੂ। ਵਗ ਜਾ ਭੱਜਾ ਆ ਭੱਜਾ। ਮੈਂ ਤਾਂ ਕੀ ਕਰਨ ਜਾਣਾ, ਆ ਵੀ ਕੁੜੀ ਜੀ ਨਾ ਗੱਲ ਨਹੀਂ ਸੁਣਦੀ ਹੈਗੀ, ਜਿੰਨੀ ਇਹ ਵੱਡੀ ਹੋਈ ਜਾਂਦੀ ਤੇ ਦਿਮਾਗ ਜਮਾ ਡੱਲ ਹੋਈ ਜਾਂਦਾ ਵੀ ਬੰਦਾ ਆਖਰ ਨੂੰ ਦੇਖ ਤਾਂ ਲਵੇ ਉੱਧਰ ਜਾ ਕੇ ਵੀ ਕੀ ਕਰਦਾ ਨਾ ਪੁੱਤੇ ਦਾ, ਸਾਰੇ ਪਿੰਡ 'ਚ ਬਦਨਾਮੀ ਕਰਾ ਰੱਖਿਆ ਇੱਕ ਬੰਦੇ ਨੇ। ਉਹ ਤੂੰ ਪਰਸੂ ਸਾਰਾ ਦਿਨ ਮਖਤਿਆਰੇ ਦੇ ਖੇਤੀ ਬੈਠਾ ਰਹਿਣਾ ਯਾਰ। ਉਹ ਕੀ ਕਰਾਂ ਸਤਪਾਲ, ਮੈਂ ਤਾਂ ਤਪਾ ਲਈ, ਮੇਰੇ ਤਾਂ ਹੱਡ ਖਾ ਲਏ ਇਹਨਾਂ ਨੇ। ਹੈ ਇੱਕ ਪੁੱਕੀ ਦੇ ਕਾਰਡ ਤੇ ਕੰਮ ਕਰਦਾ ਮੈਂ ਸੁਣਿਆ ਤੂੰ, ਦੋ ਲਵਾ ਕੇ ਕਾਰਡ ਸਾਰਾ ਦਿਨ ਤੈਨੂੰ ਰਗੜੀ ਜਾਂਦੇ ਨੇ ਕੰਮ ਚ ਸ਼ਾਮ ਤੱਕ। ਪਤਾ ਹੁਣ ਯਾਰ ਤੇਰੇ ਲਵੇ ਦਾ ਆਪਣਾ ਕੋਈ ਓਲਾ ਨਹੀਂ ਹੈਗਾ। ਹਾਂ ਹਾਂ ਤੈਨੂੰ ਤਾਂ ਪਤਾ ਹੀ ਹੈ, ਹੁਣ ਮੈਂ ਦੇਖ ਵੀ ਸਾਰਾ ਦਿਨ ਟਿੱਕੇ ਬਹਿਣਾ ਇਹਨਾਂ ਨੇ। ਲਾ ਲਾ ਮੜੀ ਜੇ ਲਾ 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 ਲਾ, ਹੁਣ ਤੂੰ ਐਂ ਦੇਖ ਮੈਂ ਸਾਰਾ ਦਿਨ ਨਹੀਂ ਟਿਕਦਾ, ਸਾਰਾ ਦਿਨ ਫ੍ਰੀ ਇਹਨਾਂ ਨਾਲ ਬਾਣ ਦੇ ਕੰਮ ਤਾਂ ਬਹੁਤ ਕਰਦਾ, ਇਧਰਲੀ ਵੱਟਦੇ ਕਦੇ ਉਧਰਲੀ ਵੱਟਦੇ, ਡੂੜ ਕੀਲਾ ਸਾਂਭ ਰੱਖਿਆ ਮੈਂ। ਹੈ ਦੋ ਬੁੱਕੀ ਦੇ ਕਾਰਡ ਦਿੰਦੇ ਨੇ ਇਕੱਲੀ ਬੁੱਕੀ ਪੱਕੀ ਦੇ ਸਿਰ ਤੇ ਨਾ ਕੰਮ ਕਰਿਆ ਕਰ, 550 ਦਿਹਾੜੀ ਹੋਈ ਪਈ ਆ ਬੰਦੇ ਦੀ ਅੱਜ ਕੱਲ ਉਕੀ ਪੱਕੀ ਦੇ ਨਾਲ ਮੁਤੇਰੇ ਨਾਲ ਉਹ ਤੁਰੇਗਾ ਮੈਂ ਬੈਠਿਆ ਹੋਏ ਸਾਹ ਆ ਗਈ ਟਾਇਰ ਜੀ। ਇਹ ਆ ਕੌਣ ਬਾਈ, ਇਹ 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 ਸਾਹ ਨੇ ਆਪਣੇ, ਇਹਨਾਂ ਨੇ ਆ ਖੇਤ ਇਹਨਾਂ ਦੀ ਆ ਹੁਣ ਇਹਦੇ ਨਾਲ ਹੈ। ਠੀਕ ਹੈ ਠੀਕ ਹੈ, ਮੇਰੇ ਨਾਲ ਤੈਨੂੰ ਕਿਹਾ ਉਹ ਜਿੰਨਾਂ ਦੀ ਗੱਲ ਕਰਦੇ ਤੇ ਆਪਾਂ। ਹਾਂ ਹਾਂ ਠੀਕ ਹੈ ਠੀਕ ਹੈ, ਤੈਨੂੰ ਕਿਹਾ ਦੀ ਵੀ ਉੱਥੇ ਤੂੰ ਆਪਣੀ ਮੋਟਰ ਨਾਲ ਸੁਣੀ ਛੱਡ ਕੇ ਤੂਰੇ ਹਨੀਮੂਨ ਮਨਾਉਣ ਲੈ ਰਹੇ ਇਹਦੇ ਨਾਲ। ਹਨੀਮੂਨ ਨਹੀਂ ਬਾਈ, ਵਿਚਾਰਾ ਦੁੱਖ ਸੁੱਖ ਕਰਦਾ ਤੀ, ਕਹਿੰਦਾ ਵੀ ਬੰਦੇ ਵਧੀਆ ਨੇ, ਚੰਗਾ ਭੁੱਕੀ ਪਾਕੀ ਖਵਾ ਕੇ ਸ਼ੌਂਕ ਨਾਲ ਕੰਮ ਕਰਾਉਂਦੇ ਨੇ। ਤੈਨੂੰ ਭੁੱਕੀ ਕਦੋਂ ਖਵਾਈ ਅਸੀਂ ਓਏ, ਬਦਨਾਮੀ ਕਰਦਾਗਾ ਉਹ ਯਾਰ। ਐ ਨਹੀਂ ਬਦਨਾਮੀ, ਮੈਂ ਤੈਨੂੰ ਐ ਕਹਾਤੀ ਵੀ ਨਸ਼ੇ ਤੇ ਨਾ ਲੱਗੀ ਬਾਈ, ਤੂੰ ਗਲਤ ਲੈ ਗਿਆ ਯਾਰ। ਮੈਂ ਨਸ਼ੇ ਤੇ ਨਹੀਂ, ਮੈਂ ਤੈਨੂੰ ਐ ਦੱਸਿਆ ਸੀ ਮੈਨੂੰ ਸਰਦਾਰ ਨੇ ਬੰਦਾ ਵਧੀਆ ਚੜਾਈ ਐ। ਹੈ ਉਹਦਾ ਬੰਦਾ ਵਧੀਆ ਕੱਬਾ ਲੱਗਦਾ ਉਹ ਬਾਈ। ਐ ਕਹਿੰਦਾ ਸੀ ਵੀ ਮੈਨੂੰ ਜਦੋਂ ਭੁੱਕੀ ਲੋੜਾ ਭੁੱਕੀ ਖਵਾਉਂਦੇ ਨੇ, ਵਧੀਆ ਰੋਟੀ ਪਾਣੀ ਖਵਾਉਂਦੇ ਨੇ, ਮੈਥੋਂ ਨਜ਼ਾਰੇ ਨਾਲ ਕੰਮ ਕਰਾਉਂਦੇ ਨੇ, ਮੇਰਾ ਜੀ ਲੱਗਿਆ ਹੋਇਆ ਇਹਨਾਂ ਨਾਲ। ਆਪ ਤੂਰੇ ਬੈਠਾਂਗਾ ਜੇ ਉੱਥੇ ਭੈਣ ਦੀ ਸਾਡੀ ਪੈੜੀ 'ਚ ਬਗਾਨਾ ਕੋਈ ਬਹਿਗਾ, ਬੱਲੀਆਂ ਨਹੀਂ ਅਸੀਂ ਵੱਢਾਂਗੇ। ਸੱਚ ਕਿਹਾ ਗੜਸ ਸੰਧੂ ਨੇ। ਉਹ ਕੌਣ ਹੈ? ਹੈ ਉਹ ਕੌਣ ਹੈ? ਗੜਸ ਸੰਧੂ, ਹਿੰਮਤ ਸੰਧੂ। ਕੀ ਕਹਿੰਦਾ? ਕਹਿੰਦਾ ਪੈਲੀ ਚ ਬਗਾਨਾ ਕੋਈ ਬਹਿਗਾ, ਬੱਲੀ ਅਸੀਂ ਵੱਢਾਂਗੇ। ਯਾਰ ਬਾਈ ਮੈਨੂੰ ਲੱਗਦਾ ਗਾਣੇ ਗੁਣਿਆਂ ਦੇ ਵੀ ਇੰਟਰਸਟ ਰੱਖਦਾ ਹਨਾ ਇਹ ਬੰਦਾ ਬਾਈ, ਪੂਰਾ ਸ਼ਕੀਨ ਹੈ। ਅੱਛਾ ਨਾਉ ਕੀ ਆ ਬਾਈ ਤੇਰਾ? ਨਾਉ ਕੀ ਦੱਸਿਆ ਸੀ ਬਾਈ ਨੇ? ਗੱਗੀ ਆ ਮੈਂ। ਗੱਗੀ ਠੀਕ ਆ, ਬੈਠ ਬਾਈ ਬੈਠ ਯਾਰ। ਏ ਵਾਦੀਆ ਗੱਗੀ ਠੀਕ ਆ ਬਾਈ ਠੀਕ ਆ। ਮੇਰੇ ਨਾਉ ਬੋਲਦੀ ਆ ਜਮੀਨ।
ਪਟੂਆ ਤਾਂ ਤਾਂ ਮੇਰੇ ਦੋ ਪੈਗਾਂ ਦਾ ਨਸ਼ਾ ਵੀ ਲਾਤਾ ਇੱਕਦਮ ਜੇ ਬੋਲ ਕੇ ਕਿਉਂ ਹੋਰ ਯਾਰ ਮੈਨੂੰ ਤਾਂ ਰੁੱਖਾ ਜਿਹਾ ਲੱਗਿਆ ਪਹਿਲਾਂ ਤੂੰ ਲੈ ਪੈਗ ਲਾ ਤਾਂ ਕਰੂੰਗਾ ਉਹ ਲਾ ਲੈ ਇੱਕ ਪਾਣੀ ਬਈ ਕਦੇ ਉਹ ਨਵਾਂ ਗਵਾਂਢੀ ਬਣਿਆ ਖੇਤ ਦਾ ਹੁਣ ਯਾਰ ਜਾਰੀ ਪਾਉਣੀ ਨਹੀਂ ਤੈਂ ਆਪਾਂ ਕਰੇ ਨਾ ਪੈਗ ਤੂੰ ਜਾਰੀ ਪੈਂਦੀ ਹੁੰਦੀ ਆ ਕਦੇ ਨਹੀਂ ਆਪਾਂ ਕਦੇ ਲੱਗੇ ਹੈਗੇ ਘਰੇ ਚਾਹ ਨਾਲ ਖੇਤ ਪੈਗ ਨਾਲ ਦੋ ਤਰ੍ਹਾਂ ਦੀ ਲਿਹਾਜ਼ ਪਾਉਣ ਦਾ ਹੋਰ ਦਾ ਸਿਸਟਮ ਇਹ ਉਹ ਇੱਕ ਗੱਲ ਹੈਗੀ ਐ ਹੈ ਸੱਤ ਵਾਲਾ ਕੱਲ 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 ਤੂੰ ਐ ਦੇਖ ਰੋਟੀ ਮੈਨੂੰ ਮਟਰ ਪਨੀਰ ਨਾਲ ਆਈ ਰੋਟੀ ਮਟਰ ਪਨੀਰ ਹਾਂ ਸਮਾਜਦਾਰ ਬੰਦੇ ਇੱਕ ਘੰਟ ਨੂੰ ਰੱਖ ਰਿਹਾ ਓਏ ਇਹਦਾ ਇਹ ਸਪਰੇ ਕਰਕੇ ਹਟਿਆ ਹੈ ਹੈ ਸਪਰੇ ਸਪਰੇ ਕਰਕੇ ਹਟਿਆ ਵੱਟਾਂ ਤੇ ਯਾਰ ਕੁੜਲੀ ਵੀ ਤੂੰ ਮੇਰੀ ਸ਼ਰਾਬ ਨਾਲ ਹੀ ਕਰੀ ਬਈ ਹਨਾ ਘੈਂਟ ਬੰਦਾ ਯਾਰ ਹਾਂ ਪਹਿਲੀ ਬੰਦੇ ਦਾ ਸ਼ਰਾਬ ਨਾਲ ਹੀ ਕੁਰਦੀਆਂ ਕਰਦੇ ਨੇ ਰਹੇ ਹੁੰਦੇ ਨੇ ਛੱਡਦਾ ਆ ਦੰਤ ਕਾਤੀ ਸਹੀ ਗੱਲ ਹੈ ਫਿਰ ਹੁਣ ਤੂੰ ਕੀ ਕਹਿੰਦਾ ਸੀ ਬਈ ਕੱਖਾਂ ਬਾਰੇ ਹਾਂ ਮੈਂ ਤਾਂ ਤੈਨੂੰ ਐ ਕਹਿੰਦਾ ਸੀ ਯਾਰ ਉਹ ਆਪਣੇ ਜਿਹੜੇ ਬਾਹਣ ਦੇ ਲਵੋਂ ਵੱਟਾ ਹੈ ਠੀਕ ਹੈ ਉਹ ਕੱਖ ਵਾਲੇ ਹੋ ਰਹੇ ਨੇ ਉੱਤੇ ਯਾਰ ਆ ਦੇਖ ਮੈਂ ਆ ਦਬਾਈ ਕਰੀ ਆ ਸਾਰੇ ਧੁਰਦੀ ਧੁਰਦੇ ਕੱਲ ਨੂੰ ਮਾਰ ਦੂ ਨਾਲੇ ਤੁਰਤ ਮਾਰਦੀ ਆ ਨਾਲੇ ਲੰਬਾ ਅਸਰ ਰੱਖਦੀ ਹੈ ਪਿਓਰ ਕੱਖਾਂ ਵਾਲੀ ਦਵਾਈ ਹੈ ਤੂੰ ਆਹੀ ਲੈ ਜਾ ਯਾਰ ਗੱਲ ਕੀ ਆ ਕਿੱਥੇ ਵੱਟਾ ਖੁਰਚਦਾ ਫਿਰ ਉਹ ਬਈ ਯਾਰ ਆ ਲੈ ਜਾ 2 ਲੀਟਰ ਬਚੀ ਪਈ ਆ ਚਾਹੇ 5 ਕਿੱਲਿਆਂ ਦੀ ਵਾਹੀ ਵੱਟਾਂ ਤੇ ਮਾਰਦੀ ਯਾਰ ਉਹ ਫਿਰ ਮੈਂ ਹੀ ਕਰੂੰਗਾ ਤੂੰ ਵੀ ਕੀ ਯਾਦ ਰੱਖੇਂਗਾ ਯਾਰ ਵੀ ਬੰਦਾ ਮਿਲਿਆ ਸੀ ਬਈ ਨਵੀਂ ਜਾਰੀ ਆ ਨਾ ਤਾਂ ਲੈ ਜਾ ਜੋ ਮਰਜ਼ੀ ਚੀਜ਼ ਦੀ ਲੋੜ ਹੈ ਜਦੋਂ ਮਰਜ਼ੀ ਦੱਸ ਦੀ ਮੈਨੂੰ ਫੋਨ ਮਾਰ ਦੀ ਟਰੈਕਟਰ ਟਰਾਲੀ ਕੋਈ ਵੀ ਚੀਜ਼ ਦੀ ਲੋੜ ਹੋਵੇ ਖੇਤ ਮੈਨੂੰ ਜਦੋਂ ਮਰਜ਼ੀ ਯਾਦ ਕਰ ਲਈ ਯਾਰ ਨਹੀਂ ਇਹ ਖੱਬਲ ਵਾਲੀ ਹੈਗੀ ਇਹ ਬਈ ਕੱਖਾਂ ਨੂੰ ਮਾਰਦੀ ਆ ਵੱਟਾਂ ਤੋਂ ਆਓ ਪਿਆ ਦੇਖ ਸਾਹਮਣੇ ਲੱਗ ਗਿਆ ਨਾ ਸੁੱਕਣ ਹਾਲੇ 1 ਘੰਟਾ ਵੀ ਨਹੀਂ ਹੋਇਆ ਪਿਓਰ ਦਵਾਈ ਲਿਆਉਣਾ ਬਈ ਮੈਂ ਚਾਹੇ 10 ਰੁਪਏ ਮਹਿੰਗੀ ਲਾ ਦਾਂ ਨਾ ਮੈਂ ਲੋਕਾਂ ਵਾਂਗੂ ਸਸਤੀ ਦੇ ਲਾਲਚ ਨਹੀਂ ਕਰਦਾ ਆ ਲੈ ਮੈਂ ਕਰਤੀ ਹੁਣ ਹਾਂ ਹਾਂ ਮੈਂ ਤਾਂ ਨਿਮੇੜਤਾ ਕੰਮ ਮੈਂ ਕਰਦਾਗਾ ਇਹ ਨਹੀਂ ਕਰਦਾ ਹੈਗਾ ਇਹਦਾ ਹਾਂ ਹਾਂ ਜਾ ਸਾਨੂੰ ਭੰਡਦਾਗਾ ਟੈਂਪੂ ਟਰੈਵਲ ਜਾ ਹਾਂ ਬਈ ਜਾ ਕੇ ਹਿੰਮਤ ਨਾਲ ਕਰਦੇ ਉੱਤੋਂ ਮੌਸਮ ਖਰਾਬ ਆ ਫਿਰ ਕੱਲ ਨੂੰ ਅੱਜ ਹੀ ਕਰ ਦੇਣਾ ਮੈਂ ਕਾਉਂਟ ਕਰਿਆਗਾ ਮੈਂ ਕਰ ਦੇਣਾ ਮੈਂ ਕਰ ਦੇਣਾ ਬਸ ਹੋਏ ਮੈਂ ਆਪ ਹੀ ਕਰ ਦੂੰਗਾ ਤੂਰੇ ਭੰਡਦੇ ਥੜੀਆਂ ਚੁਗਲੀਆਂ ਕਰਦੇ ਥੜੀਆਂ ਬੇਇੱਜ਼ਤੀਆਂ ਕਰਦੇ ਚੰਗਾ ਅੱਛਾ ਤੈਨੂੰ ਨਸ਼ਿਆਂ ਤੇ ਲਾਉਣਿਆ ਬਾਈ ਬਾਈ ਮੈਨੂੰ ਐ ਦੱਸ ਸਤਪਾਲ ਮੈਂ ਕਿਹੜੀ ਚੁਗਲੀ ਕਰੀ ਐ ਮੈਂ ਚੁਗਲੀ ਕਰੀ ਐ ਕੋਈ ਨਾ ਬਾਈ ਯਾਰ ਬਾਈ ਤਾਂ ਯਾਰ ਕੱਬਈ ਬਹੁਤ ਯਾਰ ਕਿਤੇ ਕਿਵੇਂ ਹੋ ਜਾਂਦਾ ਕਿਤੇ ਕਿਵੇਂ ਨਾ ਮੈਂ ਤੇਰੀਆਂ ਤਰੀਫਾਂ ਕਰੀਆਂ ਨੇ ਕਹਿੰਦਾ ਜੇ ਮੈਂ ਭੁੱਕੀ ਮੰਗਾ ਮੈਨੂੰ 2 ਕਾਰਡ ਦਿੰਦੇ ਨੇ ਇੱਕ ਮੰਗੇ ਰੋਟੀ ਕਹਿੰਦਾ ਪਨੀਰ ਨਾਲ ਸੀਰੀ ਸਾਂਝੀ ਨੂੰ ਜਾ ਕੰਮ ਤੋਂ ਜਾਲੇ ਬੰਦੇ ਨੂੰ ਕੋਲ ਇਹਦੇ ਨਾਲ ਹਨੀਮੂਨ ਮਤ ਆਪਦਾ ਸਪਰੇ ਕਰ ਹਾਂ ਹਾਂ ਕਰ ਬਾਈ ਕਰ ਅਸੀਂ ਕਰ ਲਈਏ ਦੁੱਖ ਅਸੀਂ ਮੈਂ ਇਹਦੇ ਨਾਲ ਦੁੱਖ ਸੁੱਖ ਕਰ ਲਾ ਮੈਂ ਕਰ ਦੇਗਾ ਟੋਲੀ ਉੱਥੇ ਪਈ ਐ ਠੀਕ ਐ ਦੱਬੀ ਪਈ ਆ ਬੋਤਲ ਹੋਰ ਲਿਆ ਮੈਂ ਤਾਂ ਚੱਕਤੀ ਹੋਰ ਐਡਾ ਪੈਗ ਤਾਂ ਉਹ ਮਰ ਗਿਆ ਇੱਕ ਹਲੇ ਕਹਿੰਦੀ ਨਸ਼ੇ ਕਰਨੇ ਚਾਹੀਦੇ ਬੰਦੇ ਦੀ ਨੀਤ ਜੀ ਹੋਰ ਹੀ ਲੱਗਦੀ ਆ ਖਾਣ ਪੀਣ ਨੂੰ ਹੈ ਨਹੀਂ ਆਪਾਂ ਚਲ ਉਧਰ ਹੀ ਵਗ ਚਲ ਆ ਜਾ ਉਧਰ ਹੀ ਆ ਜਾ ਇੱਕ ਰਹਿ ਗਿਆ ਛੋਟਾ ਜਿਹਾ ਮੈਂ ਲੁਕੋ ਕੇ ਰੱਖੀ ਤੀ ਇਹ ਵੀ ਆ ਜਾ ਨਹੀਂ ਫੇਰ ਆਊ ਇਹ ਗੱਗੀ ਓਏ ਤਾਏ ਦੀ ਸਾਵਾ ਸੇ ਲੈਣੀਆਂ ਅੱਜ ਜਿੰਨੇ ਵੀ ਖੱਬਣ ਨੇ ਨਾ ਸਾਰਿਆਂ ਦੇ ਸਪਰੇ ਕਰ ਦੂੰਗਾ ਮੈਂ ਦੇਖੀ ਫਿਰ ਤਾਏ ਮੈਨੂੰ ਸਾਵਾ ਸੀ ਦਿੰਦਾ ਵੀ ਹਾਂ ਬਈ ਗੱਗੀ ਪੁੱਤ ਮੇਰਾ ਕਿੰਨਾ ਸਿਆਣਾ ਗਾ ਮਾੜਾ ਜਿਹਾ ਕੰਮ ਆ ਆਪੀ ਕਰ ਲਾਂਗੇ ਇਹਦੀ ਮਲਾਂਗੜੇ ਦੀ ਭਰਸੂ ਜੇ ਦੀ ਜ਼ਰੂਰੀ ਮਾਵਾਂ ਕਰਾਉਣੀਆਂ ਗੇ ਹਾਂ ਭੈਣ ਦੀ ਵੱਡਾ ਇਹ ਆਪਦੇ ਨੰਬਰ ਇਹ ਕੁੱਟ ਜੂਗਾ ਕੰਮ ਇੱਧਰ ਮੈਂ ਕਰਦਾ ਰਹਿ ਜੂੰਗਾ ਗੱਗੀ ਬਈ ਲੱਗ ਜਾ ਕੰਮ 'ਤੇ ਓਏ ਸਾਡੀ ਪੈਲੀ 'ਚ ਬਗਾਨਾ ਕੋਈ ਵਹਿ ਗਿਆ ਬੱਲੀ ਇਹ ਨਹੀਂ ਅਸੀਂ ਵਾਢਾਂਗੇ ਹੈ ਬਾਬਾ ਜੀ ਹਾਂ ਬੇਟਾ ਮਹਾਂ ਮੇਰਾ ਮੋਟਰਸਾਈਕਲ ਤਾਂ ਮਿਲ ਗਿਆ ਮੈਨੂੰ ਫੋਨ ਵੀ ਦਵਾ ਦਿਉ ਜੀ ਕਿਵੇਂ ਬੇਟਾ ਫੋਨ ਦਵਾ ਦਿਉ ਜੀ ਮਹਾਂ ਮੈਨੂੰ ਬਾਬਾ ਢੱਲੋ ਮੋਬਾਈਲ ਵਾਲਿਆਂ ਦੇ ਲੱਗਿਆ ਹੋਇਆ ਦਵਾ ਦੇ ਤੈਨੂੰ ਮੋਟਰੋਲਾ ਦਾ ਨਹੀਂ ਓਵੇਂ ਨਹੀਂ ਜੀ ਮੇਰਾ ਫੋਨ ਖੋ ਗਿਆ ਸੀਗਾ ਜੀ ਪਹਿਲਾਂ ਮੋਟਰਸਾਈਕਲ ਲੱਭ ਕੇ ਦਿੱਤਾ ਹੁਣ ਤੈਨੂੰ ਫੋਨ ਲੱਭ ਕੇ ਦੇਵਾ ਕਿੱਥੇ ਖੋ ਗਿਆ ਸੀ ਉੱਥੇ ਖੋਇਆ ਸੀ ਜਿੱਥੇ ਮੋਟਰਸਾਈਕਲ ਖੋਇਆ ਹੈਗਾ ਸੇਮ ਲੋਕੇਸ਼ਨ 'ਤੇ ਫਿਰ ਉਹ ਨਹੀਂ ਦੱਸ ਦਿੰਦਾ ਨਾਲ ਹੀ ਅਪਡੇਟ ਆਪਾਂ ਦੇ ਦਿੰਦੇ ਉੱਥੇ ਧੂਣੇ 'ਚ ਮੈਂ ਕਿਹਾ ਸੀਗਾ ਜੀ ਤੁਸੀਂ ਉਦੋਂ ਗਿਆ ਨਾ ਸੁਣੀ ਜੀ ਨਹੀਂ ਤੁਸੀਂ ਉਦੋਂ ਕੋਈ ਨਾ ਦੁਬਾਰੇ ਧੂਣਾ ਬਾਲਾਂਗੇ ਉਦੋਂ ਦੱਸ ਦਾਂਗੇ ਤੇ ਬਸ ਠੀਕ ਹੈ ਜੀ ਹੈ ਬਾਬਾ ਜੀ ਬੀੜੀਆਂ ਬੂੜੀਆਂ ਪੀਂਦੇ ਹੋ ਤੁਸੀਂ ਆਹ ਚਾਦਰ ਦਾ ਫੂਕ ਰੱਖਿਆ ਹੈਗਾ ਉਹ ਮੇਰਾ ਸੜਾ ਇਹ ਹੋਰ ਬਾਬੇ ਦਾ ਸੀ ਉਹ ਪੀਂਦਾ ਹੁੰਦਾ ਸੀ ਇਹ ਮੈਂ ਲੈ ਕੇ ਫਿਰ ਠੀਕ ਹੈ ਜੀ ਐਂ ਕਰੀ ਹਾਂਜੀ ਚਾਹ ਤਾਂ ਦੇਸੀ ਘਿਓ ਪਾ ਲਈ ਮੜਾ ਜਾ ਕਿਹੜਾ ਡੇਰੇ 'ਚ ਜਾ ਰਿਹਾ ਬੜਾ ਜਿਹਾ ਦੇਖ ਸਰਪੰਚ ਹੈ ਜੀ ਕੀ ਕਰਨਾ ਇਹ ਪੁੱਛ ਲਓ ਜੀ ਤੁਸੀਂ ਕੀ ਹਾਲ ਨੇ ਬਾਈ ਬਾਬਾ ਜੀ ਨੇ ਬਾਬਾ ਜੀ ਆ ਦੇ ਓਏ ਮੈਂ ਦਲਵੀਰਾ ਪੁੱਛਿਆ ਮੈਂ ਬਾਬੇ ਤੂੰ ਕੀ ਕਰਾਉਣਾ ਓਏ ਹਾਂ ਦਲਵੀਰ ਬਾਬਾ ਜੀ ਨੇ ਇਹ ਬਾਬਾ ਬਣ ਗਿਆ ਓਏ ਹੋਰ ਓਏ ਤਾਂ ਸਕੂਲ ਦੇ ਸਕੂਲ ਨਹੀਂ ਜਾਂਦਾ ਹੁਣ ਸਕੂਲ ਦਾ ਛੱਡਤਾ ਉਹ ਤਾਂ ਸਰੀਰ ਦੀ ਤਿਆਗਤਾ ਮਾਸਟਰ ਵਾਲਾ ਤਾਂ ਇਹਦਾ ਬਾਬਾ ਜੀ ਨੇ ਪਹੁੰਚੀ ਹੋਈ ਸ਼ਾਇਆ ਪੂਰੀ ਮੱਥਾ ਟੇਕ ਮੈਂ ਤਾਂ ਕਾਹਤੋਂ ਮੱਥਾ ਟੇਕਣਾ ਮੈਂ ਤਾਂ ਸਾਈਨ ਕਰਾਉਣ ਆਇਆ ਸੀ ਮਾਸਟਰ ਕੋਲੋਂ ਸਾਈਨ ਨਹੀਂ ਹੁਣ ਤਾਂ ਇਹ ਹੱਥ ਦੇਖਦੇ ਨੇਗੇ ਕਰਾਲਾ ਕਿੱਥੇ ਨੇਗੇ ਕਰਾਲਾ ਉਹਦਾ ਨਾ ਆਪਣਾ ਸ਼ੀਤਲਾ ਭਰਾ ਮੇਰਾ ਅੱਛਾ ਉਹਨੇ ਦੇਖਣੀ ਆ ਭਰਤੀ ਅੱਛਾ ਦੇਖ ਉਹ ਕਹਿੰਦੇ ਵੀ ਜੇ ਕੋਈ ਪਿੰਡ 'ਚ ਮਤਲਬ ਸਰਕਾਰੀ ਮੁਲਾਜ਼ਮ ਹੈਗਾ ਉਹ ਟੈਸਟ ਕਰਵਾ ਲਿਓ ਫਾਰਮ ਅਮੜੀ ਮਾਰੀ ਘੁੱਗੀ ਯਾਰ ਇਹਦੇ ਕਰਾ ਯਾਰ ਕੀ ਹੁੰਦਾ ਹੁਣ ਤੈਨੂੰ ਜਾਰੀ ਕਹੂੰ ਭਾਣਜਾ ਦਾ ਕਹਿ ਕੇ ਨਾ ਬੁਲਾਉਣ ਲੱਗਿਆ ਬਾਬਾ ਜੀ ਬਾਬਾ ਜੀ ਕਹੇ ਬਾਬਾ ਜੀ ਕਹਦੇ ਬਾਈ ਜੇ ਤਾਂ ਮੈਥੋਂ ਕੋਈ ਥੌੜਾ ਪਵਾਉਣਾ ਬੇਟਾ ਉਹ ਪਵਾ ਲਓ
ਕੋਈ ਬਾਜਰ ਕਰਾਉਣਾ ਉਹ ਕਰਾ ਲਓ ਹਾਂ ਕੋਈ ਤਾਗਾ ਤਵੀਦ ਕਰਾਉਣਾ ਉਹ ਵੀ ਕਰ ਦੇਣਗੇ ਹੋਣੀ ਆ ਉਹ ਜਵਾਕ ਦਾ ਕੰਮ ਬਣ ਜੂ ਮੇਰੇ ਕੋਲ ਤਾਂ ਮੋਰ ਪਵਾਲਾ ਮੈਂ ਕੀ ਕਹਿਣਾ ਮੋਰ ਪਾ ਦੇ ਫਿਰ ਕੁਛ ਤਾਂ ਪਾ ਦੇ ਮੇਰੇ ਨਾਲ ਕੀ ਹੋ ਜੂ ਸਰਕਾਰੀ ਬੰਦਾ ਨੂੰ ਸਰਕਾਰੀ ਨੇਗਾ ਕਿਹੜਾ ਸਰਕਾਰੀ ਆ ਹਜੇ 6 ਮਹੀਨਿਆਂ ਨੂੰ ਸਰਕਾਰੀ ਹੋਣਾ ਸਕੂਲ ਛੱਡਤਾ ਬਈ ਸਕੂਲ ਛੱਡਦਾ ਦੱਸਿਆ ਤੈਨੂੰ ਤੈਨੂੰ ਉਹ ਰੂਹ ਕਿਤੇ ਬਾਗੀ ਬੇਟਾ ਉਹ ਤਾਂ ਰੂਹ ਗਈ ਹੋਈ ਆ ਦਲਵੀਰ ਦੀ ਠੀਕ ਆ ਬਾਬਿਆਂ ਦਾ ਤਾਂ ਪਹਿਲੀ ਨਹੀਂ ਤੋੜਾ ਪੰਜਾਬ 'ਚ ਹੁਣ ਤੂੰ ਆ ਗਿਆ ਮੇਰੇ ਇੱਕ ਬਣ ਨਾਲ ਕਿਹੜਾ ਭੀੜ ਹੁੰਦੀ ਆ ਨਾਲ ਇੱਧਰ ਸਕੋਪ ਹੈਗਾ ਦੀ ਬਾਬੇ ਦਾ ਟੋਲਾ ਪਿੰਡ ਕਹਿੰਦੀ ਕੋਈ ਹੈ ਨਹੀਂ ਦੀ ਪੋਸਟ ਆਹ ਹੁਣ ਆਹ ਪਿੰਡ ਵਾਲਿਆਂ ਨੂੰ ਠੱਗਿਆ ਕਰ ਉਹ ਠੱਗਣ ਵਾਲੀ ਗੱਲ ਨਹੀਂ ਹੈਗੀ ਬਾਈ ਦੋ ਮਿੰਟ ਗਾਉਣ ਹੋਇਆ ਤੈਨੂੰ ਦੱਸਾਂ ਮੈਂ ਇਹ ਜਬ ਕਰਤਾ ਵਜਨ ਝਾਕੇ ਗਾਲੇ ਦਾਲੇ ਸੱਤ ਪੀੜੀਆਂ ਸੁੱਟੀਆਂ ਐ ਨਹੀਂ ਪਤਾ ਕੀ ਕਰਨਾ ਤੁਸੀਂ ਬੀਪੀ ਨਾ ਵਧਾਓ ਤੁਸੀਂ ਪੈ ਜਾਓ ਤੂੰ ਇਹਨੂੰ ਬਾਣੇ ਨੂੰ ਵੀ ਲਾਗ ਲਾਉਣਾ ਵੱਡਾ ਆ ਬਾਬਾ ਮਾਫੀ ਮੰਗ ਲਾ ਸ਼ਰਾਪ ਦੇ ਦੂ ਅਗਲਾ ਕੋਈ ਲੱਗ ਜੂ ਟੀਸ਼ੀ ਨਹੀਂ ਲੱਗਦਾ ਉਹ ਭੁੱਖਾ ਜਾ ਮਰੂਗਾ ਜਾਂ ਭੱਗ ਜਾ ਸ਼ਰਾਫ ਦੇ ਦੋ ਬਾਬਾ ਜੀ ਇਹਨੂੰ ਸ਼ਰਾਫ ਹੀ ਦਿੱਤਾ ਹੋਰ ਭੈਣ ਦੀ ਗੱਲ ਦਿੱਤੀ ਇਹਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ ਚੱਲ ਕੇ ਕਿੱਥੋਂ ਨੂੰ ਗਾ ਲੀ ਲੋਹਾਲ ਤੋਂ ਆਇਆ ਜੀ ਆਹ ਤਾਂ ਗਵਾਂਢ 'ਚੋਂ ਆਇਆ ਦੋ ਕਰ ਤਾਂ ਛੱਡ ਕੇ ਰਹਿੰਦਾ ਤੂੰ ਵੀ ਬਾਹਲਾ ਬੋਲਣ ਲੱਗ ਗਿਆ ਬੇਟਾ ਮੈਂ ਤਾਂ ਤੁਹਾਨੂੰ ਇਹੀ ਪੁੱਛਦਾ ਸੀਗਾ ਜੀ ਵੀ ਹੋ ਜੂਗਾ ਫੋਨ ਦਾ ਹੀਲਾ ਫਿਰ ਕੱਲ ਤੱਕ ਮੋਟਰਸਾਈਕਲ ਦਾ ਨਹੀਂ ਕਰਿਆ ਪਹਿਲਾਂ ਨਾ ਕਰਤਾ ਜੀ ਸੱਤ ਵਜਨ ਲੱਤਾਂ ਸਮਾਰ ਕੇ ਘੁੱਟੋ ਪਿੰਜੜੀਆਂ ਬਾਲੀਆਂ ਵੱਡੀਆਂ ਨੇ ਜੀ ਕਾਡੀ ਕੁੱਡੀ ਖੇਡਦੇ ਰਹੇ ਜੀ ਪਹਿਲਾਂ ਕੁਸ਼ਤੀ ਖੇਡਦੇ ਰਿਹਾ ਬੇਟਾ ਤਾਂ ਹੀ ਜਿਹੜੀ ਰੂਹ ਮੇਰੇ 'ਚ ਪਈ ਆ ਨਾ ਹੁਣ ਇਹ ਕੁਸ਼ਤੀ ਅੱਛਾ ਚਲੋ ਵਧੀਆ ਗੱਲ ਜੀ ਬਾਬਾ ਜੀ ਤੁਸੀਂ ਫਰੂਟ ਫਰਾਟ ਵੀ ਪਾ ਦਿੰਦੇ ਜੀ ਫਰੂਟ ਪਾ ਦਿੰਦੇ ਆ ਬੇਟਾ ਫਲ ਫੁੱਲ